ਪਿਆ ਮੈਂ ਘਰੋਂ ਮੜਾ ਜਾ ਬਾਹਰ ਨਿਕਲ ਕੇ ਮੈਨੂੰ ਕਹਿੰਦੀ ਮੈਂ ਜਗਟੀ ਨੂੰ ਜਾਣਾ ਆਪਣੇ ਮਾਪਿਆਂ ਨੂੰ ਇੱਥੇ ਜਗਟੀ ਬਾਈਪਾਸ ਕੋ ਮੈਂ ਇਹਨੂੰ ਕਿਹਾ ਨਹੀਂ ਜਾਣਾ ਮੈਂ ਘਰੋਂ ਬਾਹਰ ਨਿਕਲਿਆ ਸਰ ਇਨੀ 5 ਮਿੰਟ ਵਿੱਚ ਬਾਹਰ ਆਟੋ ਦੇ ਵਿੱਚ ਨਿਕਲੇ ਬਾਹਰ ਉੱਥੇ ਬੂਟਾ ਬਣੀ ਪਾਰਕ ਦੇ ਬਿਲਕੁਲ ਸਾਹਮਣੇ ਤੇ ਆਟੋ 'ਚ ਬਹਿ ਗਿਆ ਮਗਰ ਹੀ ਮੁੰਡਾ ਆ ਗਿਆ ਮੋਟਰਸਾਈਕਲ ਦੇ ਮਗਰ ਉਹ ਮਗਰ ਹੀ ਕਿਤੇ ਮੇਰੀ ਭੈਣ ਕਿਤੇ ਚੱਲੀ ਸੀ ਉਹਨੇ ਇਹਨਾਂ ਨੂੰ ਦੇਖ ਲਿਆ ਉਹ ਇਹਨਾਂ ਦੇ ਮਗਰ ਆ ਗਈ ਉਹਨ ਕਮਰੇ ਦੇ ਅੰਦਰ ਵੜਦੇ ਨਹੀਂ ਮੁੰਡੇ ਦੇਖਿਆ ਮੂਵੀ ਬਣਾਈ ਮੁੰਡੇ ਦੇ ਅੰਦਰ ਵੜਦੇ ਜੀ ਅਸੀਂ ਅੰਦਰ ਵੀ ਗਏ ਆ ਸਾਰੇ ਘੁੰਮ ਗਏ ਨੇ ਰੰਗੀ ਇੱਥੇ ਬੰਨ੍ਹ ਨੂੰ ਪੜਿਆ ਅਸੀਂ ਚਾਹੁੰਦੇ ਆ ਮੇਰੀ ਇਹ ਜਨਾਨੀ ਆ ਆਪਾਂ ਇਹ ਰੱਖਣੀ ਨਹੀਂ ਜੇ ਘਰ ਚੱਲ ਗਈ ਆਪਾਂ ਇਹਨੂੰ ਜਾ ਕੇ ਮਾਰ ਦੇਣਾ ਇਹਨਾਂ ਦੋਨਾਂ ਦੀ ਡਾਕਟਰੀ ਹੋਵੇ ਤਿੰਨਾਂ ਦੇ ਪਰਚਾ ਹੋਵੇ ਕਾਰਵਾਈ ਹੋਵੇ ਬਸ ਤੇ ਹੁਣ ਤੁਸੀਂ ਰੰਗੇ ਸੀ ਸਾਹਿਬ ਜੀ ਤੁਹਾਡਾ ਬੜਾ ਧੰਨਵਾਦ ਤੁਸੀਂ ਮੌਕੇ ਤੇ ਆ ਗਏ ਇਹੋ ਜੀ ਜਨਾਨੀ ਰੱਖ ਕੇ ਕੰਨ ਨਹੀਂ ਕਿ ਸਰ ਇੱਕ ਚਾਂਸ ਨਹੀਂ ਪੰਜ ਮਸਲੇ ਨਾਲ ਚਾਂਸ ਹੈ ਠੀਕ ਹੈ ਨਾ ਇਹ ਮੁੱਕਰ ਜਾਂਦੇ ਨੇ ਇਹ ਕਰੀ ਕੋਈ ਸਬੂਤ ਨਹੀਂ ਲੈ ਕਿ ਤੂੰ ਵੱਡਾ ਸਬੂਤ ਕੀ ਬਣਾਇਆ ਮੁੰਡੇ ਦੀ ਡਾਕਟਰੀ ਕਰਾਓ ਇਹਦੀ ਡਾਕਟਰੀ ਕਰਾਓ ਮੈਨੂੰ ਘਰ ਆਣੀ ਨਹੀਂ ਚਾਹੀਦੀ ਹੁਣ ਤੁਸੀਂ ਮੌਕੇ ਤੋਂ ਹੋਟਲ ਦੇ ਵਿੱਚੋਂ ਹਾਂਜੀ ਹਾਂਜੀ ਹੋਟਲ ਤੋਂ ਫੜ ਕੇ ਲਿਆਏ ਆ ਮੌਕੇ ਤੇ ਗਏ ਆ ਕਿਹਨੂੰ ਤੇ ਪੁਲਿਸ ਫੋਰਸ ਸੱਦ ਲਈ ਸੀ ਤੁਸੀਂ ਨਹੀਂ ਜੀ ਠੀਕ ਹੈ ਜਾ ਕੇ ਗੱਲੇ ਸੀ ਮੈਨੂੰ ਬੁਲਾ ਲਿਆ ਹਾਂਜੀ ਇਹਨਾਂ ਦਾ ਮੇਰੇ ਚਾਚੀ ਦਾ ਮੁੰਡਾ ਆ ਜਿੱਥੇ ਇਹਨਾਂ ਦੇ ਸਾਰੇ ਉੱਥੇ ਦੀ ਭੈਣ ਵੀ ਆਈ ਆ ਸਾਡੀ ਜਿੱਥੇ ਮੇਰੀ ਭਰਜਾਈ ਉਹਦੇ ਨਾਲ ਹੀ ਤਾਂ ਇਹਨਾਂ ਦਾ ਤੁਹਾਨੂੰ ਪਹਿਲੀ ਪਤਾ ਲੱਗ ਗਿਆ ਅੱਜ ਹੀ ਪਤਾ ਲੱਗਾ ਸਾਨੂੰ ਸ਼ੱਕ ਬਹੁਤ ਪਹਿਲਾਂ ਸਾਨੂੰ ਸ਼ੱਕ ਬਹੁਤ ਦੇ ਦਿੱਤੀ ਸੀ ਪਰ ਅਸੀਂ ਕੋਈ ਫੀਲਡਿੰਗ ਨਹੀਂ ਸਰ ਲਾਈ ਸੀ ਸਾਨੂੰ ਚੈਨ ਕੇ ਹੀ ਪਤਾ ਲੱਗ ਗਿਆ ਤੇ ਅੱਜ ਕਿਦਾਂ ਪਤਾ ਲੱਗਾ ਤੁਹਾਨੂੰ ਸਾਰਾ ਸਰ ਉੱਥੇ ਰੋਟ ਤੇ ਬੈਠੇ ਆ ਇੱਕ ਮਿੰਟ ਮੈਂ ਦੱਸਦਾ ਠੀਕ ਆ ਮੈਂ ਮੰਮੀ ਮੇਰੀ ਗਈ ਭੈਣ ਕੇ ਮੈਂ ਮੰਮੀ ਨੂੰ ਲੈਣ ਜਾਣਾ ਸੀ ਠੀਕ ਆ ਮੈਂ ਭਰਾ ਨੂੰ ਫੋਨ ਕੀਤਾ ਕਿ ਅਸੀਂ ਜਾਣਾ ਹੈ ਮੰਮੀ ਲੈਣ ਕਹਿੰਦਾ ਚੱਲ ਭਰਜਾਈ ਆਪਣੀ ਲੜਾਈ ਜੀ ਨਾਲੇ ਘੁੰਮ ਫਿਰ ਆਏਗੀ ਮੈਂ ਉੱਧਰ ਨੂੰ ਗਈ ਮੈਂ ਕਿਹਾ ਚੱਲ ਮੈਂ ਸ਼ਾਮ ਨੂੰ ਕੀ ਜਾਣਾ ਹੁਣ ਚਲੇ ਜਾਂਦੀ ਜਦੋਂ ਮੈਂ ਉੱਧਰ ਗਈ ਥੱਲੇ ਮੈਂ ਸੜਕ ਨਹੀਂ ਕ੍ਰੋਸ ਕੀਤੀ ਸੀ ਇਹ ਬੈਠੀ ਆਟੋ 'ਚ ਮੁੰਡਾ ਮੋਟਰਸਾਈਕਲ ਦੇ ਪਿੱਛੇ ਮੈਂ ਇਹਨਾਂ ਦੇ ਪਿੱਛੇ ਐਕਟੀਵਾ ਲਾ ਲਈ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੇਰੇ ਸਾਡੇ ਪਿੱਛੇ ਕੋਈ ਆ ਰਿਹਾ ਮੈਂ 1.5 ਘੰਟੇ ਤੋਂ ਉੱਥੇ ਬਾਹਰ ਬੈਠੀ ਮੈਂ ਭਰਾ ਨੂੰ ਫੋਨ ਕੀਤਾ ਮੈਂ ਕਿਹਾ ਜੇ ਤਾਂ ਤੁਸੀਂ ਆਣਾ ਆ ਹੁਣ ਠੀਕ ਆ ਨਹੀਂ ਤੁਸੀਂ ਆਣਾ ਤਾਂ ਫਿਰ ਦੇਖ ਲਓ ਇਦਾਂ ਕਰਕੇ ਇਹ ਫੜ ਹੋਏ ਕਿਉਂਕਿ ਹਰ ਵਾਰੀ ਇਹ ਸਾਡੇ ਤੇ ਇਲਜ਼ਾਮ ਲਗਾ ਦਿੰਦੇ ਜਦੋਂ ਵੀ ਭਰਾ ਭਰਜਾਈ ਭਰਾ ਭਰਜਾਈ ਨੂੰ ਕਹਿੰਦੇ ਆ ਕਿ ਅਸੀਂ ਵੀ ਕਹਿ ਦਈਦਾ ਮੈਂ ਵੀ ਬੋਲ ਦਿੰਨੀ ਆ ਕਹਿੰਦੇ ਇਹ ਕੁੜੀ ਗਲਤ ਆ ਅਸੀਂ ਨਹੀਂ ਗਲਤ ਹੈਗੇ ਤੁਹਾਡੇ ਉੱਤੇ ਲੜਕੀ ਵੱਲੋਂ ਪਹਿਲੇ ਕੋਈ ਦਰਖਾਸਤਾਂ ਦਿੱਤੀਆਂ ਗਿਆ ਕੁਛ ਨਹੀਂ ਕੁਛ ਨਹੀਂ ਰਵੀ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਬਸ ਮੈਂ 1.5 ਘੰਟੇ ਤੋਂ ਉੱਥੇ ਬੈਠ ਰਹੀ ਹਾਂ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਪਹਿਲਾਂ ਵੀ ਬਹੁਤ ਚਾਂਸ ਹੋਏ ਆ ਸਾਡੇ ਕੋਲ ਕੋਈ ਪ੍ਰੂਫ ਨਹੀਂ ਸੀ ਅੱਜ ਪ੍ਰੂਫ ਮਿਲਿਆ ਹੈ ਇਸ ਕਰਕੇ ਅਸੀਂ ਇੱਥੇ ਆਏ ਹੁਣ ਤੁਸੀਂ ਕਿਸ ਕੀ ਇਨਸਾਫ ਚਾਹੁੰਦੇ ਹੋ ਇਨਸਾਫ ਇਹੀ ਆ ਵੀ ਪਹਿਲਾਂ ਵੀ ਇੰਨੇ ਚਾਂਸ ਹੋ ਗਿਆ ਹੁਣ ਵੀ ਹੋ ਗਿਆ ਇਦਾਂ ਦੀ ਫਿਰ ਘੱਟ ਕੇ ਕਰਨਾ ਵੀ ਕੀ ਆ ਲੜਕੇ ਦਾ ਕੀ ਨਾਮ ਆ ਜਿਹੜਾ ਫੜਿਆ ਗਿਆ ਨਾਲ ਚੰਦੂ ਕਿੱਥੇ ਦਾ ਰਹਿਣ ਵਾਲਾ ਉਹ ਬੂਟਾ ਮੰਡੀ ਦਾ ਉਹ ਵੀ ਸਾਡੀ ਚਾਚੀ ਜੀ ਦਾ ਬੇਟਾ ਆ ਸਾਡੀ ਚਾਚੀ ਦਾ ਮੁੰਡਾ ਆ ਠੀਕ ਆ ਤਾਂ ਮੈਂ ਤਾਂ ਹੁਣ ਕੁਛ ਤਾਂ ਕਰਨਾ ਹੀ ਸੀ ਜਦ ਇਹਨਾਂ ਨੇ ਮੈਨੂੰ ਟਾਈਮ ਹੀ ਨਹੀਂ ਦੇਣਾ ਚਲੋ ਠੀਕ ਆ ਤੁਹਾਡਾ ਗੱਲ ਕਰ ਲਈ ਜਿਹੜਾ ਪੜ੍ਹੇ ਜਾ ਬੰਦਾ ਵੀ ਇੱਥੇ ਕਹਿੰਦਾ ਹੈ ਅੱਗੇ ਚਾਰ ਬੱਚੇ ਐਵੇਂ ਕਰਾਤੇ ਨਹੀਂ ਇਹਦਾ ਟਾਈਮ ਦਾ ਮਤਲਬ ਐਵੇਂ ਹੋ ਗਏ ਹੋ ਹੈਲੋ ਕੁੜੀ ਇਹ ਪਹਿਲਾਂ ਆ ਕੇ ਸਰ ਕੀ ਗੱਲਬਾਤ ਹੋਈ ਹੈ ਅੱਜ ਕੀ ਦੱਸ ਦਿਓ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਦੱਸ ਦਿੱਤਾ ਹੈ ਹੁਣ ਦੋਸਤੋ ਦੱਸ ਦਈਏ ਕਿ ਇਸ ਟਾਈਮ ਅਸੀਂ ਲਾਈਵ ਹੋਏ ਆ ਜਲੰਧਰ ਦੀ ਬੱਸ ਸਟੈਂਡ ਦੀ ਚੌਂਕੀ ਦੇ ਵਿੱਚੋਂ ਜਿੱਥੋਂ ਕਿ ਇੱਕ ਪਤੀ ਨੇ ਆਰੋਪ ਲਗਾਏ ਨੇ ਉਸਦੀ ਲੇਡੀਜ਼ ਜਿਹੜੀ ਆ ਉਸਨੇ ਕਿਸੇ ਲੜਕੀ ਦੇ ਨਾਲ ਹੋਟਲ ਦੇ ਉੱਤੇ ਜਾ ਕੇ ਪਕੜਿਆ ਹੈ ਅਤੇ ਉਸ ਟਾਈਮ ਉਸ ਲੜਕੀ ਨੂੰ ਲਿਆਂਦਾ ਹੋਇਆ ਅਤੇ ਰਵੀ ਸਾਹਿਬ ਸੁਣਿਆ ਦੇ ਵਿੱਚ ਕਿੰਨੀਆਂ ਬਲੌਕ ਇਹਨਾਂ ਨੇ ਕੀਤਾ ਹੋਇਆ ਜੇ ਮੈਂ ਨੰਬਰ ਕੱਢ ਕੇ ਦੇਖ ਸਕਦੀ ਸੀ ਪਰ ਮੈਂ ਕੀਤਾ ਨਹੀਂ ਇਹ ਕੁਛ ਠੀਕ ਹੈ ਨਾ ਸਰ ਇਹ ਇਹ ਇੱਕ ਮਿੰਟ ਮੇਰੇ ਆ ਲੈ ਲਓ ਸਰ ਇੱਕ ਮਿੰਟ ਮੇਰੇ ਆ ਲੈ ਲਓ ਸਰ ਇੱਕ ਮਿੰਟ ਸਰ ਮੇਰੇ ਦੋ ਨੰਬਰ ਚੱਲਦੇ ਆ ਮੇਰੀ ਮੇਰੇ ਫੋਨ ਦੀ ਡਿਟੇਲ ਕਢਾ ਸਕਦੇ ਤੁਸੀਂ ਮੇਰੇ ਫੋਨ ਦੀ ਡਿਟੇਲ ਕਢਾ ਸਕਦੇ ਤਿੰਨਾਂ ਸਾਲਾਂ ਦੀ ਸਰ ਸਰ ਤਿੰਨਾਂ ਸਾਲਾਂ ਦੀ ਡਿਟੇਲ ਕਢਾ ਸਕਦੇ ਜੇ ਇਹਦੇ ਵਿੱਚੋਂ ਕਿਸੇ ਵੀ ਕੁੜੀ ਦਾ ਨੰਬਰ ਨਿਕਲੇ ਉਹ ਐਕਸੈਪਟ ਕਰ ਰਹੇ ਮੰਨਦੇ ਸਹਿਮਤ ਆ ਕਿ ਮੇਰਾ ਐਕਸ ਮੈਰਿਡ ਅਫੇਅਰ ਹੈਗਾ ਨਹੀਂ ਨਹੀਂ ਉਹ ਕਹਿੰਦੇ ਤੁਹਾਡਾ ਵੀ ਅਫੇਅਰ ਨਹੀਂ ਨਹੀਂ ਮੈਂ ਉਹ ਕਹਿ ਰਹੇ ਨਾ ਫੋਨ ਮੇਰੇ ਕੋਲ ਦੋ ਸਿੰਮਾਂ ਚੱਲਦੀਆਂ ਮੈਮ ਦੋ ਚੱਲਦੀਆਂ ਤਿੰਨ ਸਾਲ ਦੀ ਰਿਕਾਰਡਿੰਗ ਕਢਾ ਸਕਦੇ ਤੁਸੀਂ ਯਾਰ ਸਰ ਤੁਸੀਂ ਇਹਦੇ ਵਿੱਚੋਂ ਤਿੰਨ ਸਾਲ ਦੀਆਂ ਰਿਕਾਰਡਿੰਗਾਂ ਕਢਾ ਦਿਓ ਕਿਸੇ ਕੁੜੀ ਦਾ ਕਿਸੇ ਦਾ ਨੰਬਰ ਨਹੀਂ ਦੱਸਣਾ ਜੇ ਕਿਸੇ ਦਾ ਨੰਬਰ ਨਿਕਲਦਾ ਫਿਰ ਮੈਂ ਤੇ ਐਕਸ਼ਨ ਲਾਉਂਦੇ ਆਨ ਮੈਂ ਤਾਂ ਤਿੰਨ ਸਾਲ ਦੀ ਰਿਕਾਰਡਿੰਗ ਕਿਸੇ ਦਾ ਨੰਬਰ ਲਿਆ ਕੇ ਨਹੀਂ ਕੋਈ ਨਹੀਂ ਆਪਾਂ ਫੜ ਸਕਦੇ ਆ ਪਰ ਆ ਸਕਦੇ ਤੁਸੀਂ ਸਰ ਕਿੰਨੇ ਬੱਚੇ ਕਿੰਨੇ ਤੁਹਾਡੇ ਸਰ ਬੱਚਾ ਹੈ ਨਹੀਂ ਕੋਈ ਨਹੀਂ 5 ਸਾਲ ਵਿਆਹ ਤੋਂ ਬੱਚਾ ਹੁਣੇ ਰੰਗੇ ਹੱਥੀ ਫੜੇ ਜਾਣ ਦੇ ਕਾਰਨ ਸਾਡੇ ਤੇ ਇਲਜ਼ਾਮ ਲਾ ਰਹੀ ਹੈ ਝੂਠੇ ਇਲਜ਼ਾਮ ਲਾ ਰਹੀ ਮੇਰੇ ਤੇ ਮੇਰੇ ਤੇ ਝੂਠੇ ਇਲਜ਼ਾਮ ਲਾ ਰਹੀ ਸਰ ਕੀ ਤੁਸੀਂ ਉਹਨਾਂ ਦੇ ਨਾਲ ਕੁੱਟਮਾਰ ਕਰਦੇ ਸੀ ਕਿਉਂਕਿ ਉਹਨਾਂ ਨੇ ਆਰੋਪ ਲਗਾਏ ਹਨ ਨਹੀਂ ਸਰ ਕੁੱਟਮਾਰ ਪਹਿਲਾਂ ਹੁੰਦੀ ਸੀ ਹੁਣ ਕੋਈ ਨਹੀਂ ਹੋ ਰਹੀ ਨਹੀਂ ਕੁੱਟਮਾਰ ਹੋ ਰਹੀ ਜੀ ਹਾਂ ਹੁਣ ਕੁੱਟਮਾਰ ਕੋਈ ਹੋ ਰਹੀ ਜੀ ਸਾਡੀ ਪਰ ਹੁਣ ਤੋਂ ਸਹਿਮਤ ਆ ਸਹਿਮਤ ਆ ਕਿ ਮੇਰਾ ਹਾਂ ਵਾਕਿਆ ਉਹਨਾਂ ਨਾਲ ਕੁਝ ਚੱਲ ਰਿਹਾ ਚੱਲ ਰਿਹਾ ਤਾਂ ਮੈਂ ਚਲਾ ਵੀ ਉਹਦੇ ਨਾਲ ਮੈਨੂੰ ਛੱਡੇ ਉਹ ਕਹਿੰਦੇ ਇਹਨਾਂ ਦਾ ਵੀ ਸੀ ਇਹਨਾਂ ਨੇ ਕਿੰਨੀਆਂ ਕੁੜੀਆਂ ਨੂੰ ਬਲੌਕ ਕੀਤਾ ਜਿਹੜੀਆਂ ਕੁੜੀਆਂ ਨੂੰ ਬਲੌਕ ਕੀਤਾ ਮੈਂ ਕਹਿੰਦਾ ਨੰਬਰ ਮੇਰੇ ਕੋਲ ਵਟਸਐਪ ਮੇਰਾ ਚੱਲਦਾ ਸਿਮ ਦੀ ਰਿਕਾਰਡਿੰਗ ਕਢਾਓ ਪੁਲਿਸ ਕਢਾਓ ਤੁਸੀਂ ਪ੍ਰੈਸ ਰਿਪੋਰਟ ਕਢਾਓ ਕੰਪਲੇਂਟ ਲਿਖੋ ਕਢਾਓ ਝੂਠਾ ਕਿੱਦਾਂ ਕੋਈ ਕਹਿ ਦਊਗਾ ਤਾਂ ਮੰਨ ਜਾਓਗੇ ਤੁਹਾਨੂੰ ਕਹਿੰਦਾ ਤੁਸੀਂ ਮੰਨ ਗਏ ਤੁਸੀਂ ਕੰਮ ਕੀ ਕਰਦੇ ਹੋ ਮੰਨੋ
चार बच्चे हो छे महीने पा कि मैं टाइम नहीं देने कितो आ गए बच्चे पांच बच्चे पोषण फोटो मेरे को बच्चा खराब हो जाता सब तो नहीं जा रहा कोई प्रॉब्लम नहीं कोई प्रॉब्लम जो मैं टाइम नहीं देना बच्चा कितों हो गया गलत इल्जाम ला रहे जो रंगे थी बारह गलत इल्जाम है उधर मुड़ के कुछ भी कह सकते हैं टाइम नहीं दे रहा अपने मापन के भाई मेरे घर वाला लायक नहीं मैं तो तलाक लेना चाहनी है कोई भी हाल हो जाता किसी की बदनामी करने की लोड़ है बच्चे कितने आ गए बच्चे बच्चा आने मैं नॉर्मल बैठने की नॉर्मल बैठने की मैडम दी है हम भाई कार्रवाई की कर रहे हैं कार्रवाई कर रहे हैं उन्होंने फिर लाइव चलता पे नहीं मियां पीर वालों दोनों क्यों कंप्लेंट आई है कोई कंप्लेंट नहीं आई अजे तक कोई कार्रवाई नहीं हो सकती जिन्नी देर कोई दरखास्त ही नहीं होगी पुलिस प्रशासन भी गलबात करने की कोशिश की उन्होंने कहा कि हजे उन्होंने घर परिवारिक मैंबर वालों कोई भी दरखास्त वगैरह जी है दरखास्त कोई नहीं दी गई अजे तक कोई कार्रवाई नहीं की जाएगी।